ਜਿਹੜਾ ਨਿਰਦੇਸ਼ਨ ਹੈ ਅਤੇ ਜਿਹੜੀ ਫਲੈਗ ਮਾਰਚ ਹੈ ਉਹ ਮੋਗਾ ਜ਼ਿਲ੍ਹੇ ਦੇ ਵੱਖ ਵੱਖ ਥਾਵਾਂ ਦੇ ਵਿੱਚ ਕੱਢੀ ਜਾ ਰਹੀ ਹੈ। ਇਸ ਫਲੈਗ ਮਾਰਚ ਦਾ ਜਿਹੜਾ ਮੋਟਿਵ ਹੈ, ਜਿਹੜਾ ਪਰਪਸ ਹੈ, ਉਹ ਇਹੀ ਹੈ ਕਿ ਜਿਹੜਾ ਮੋਗਾ ਜ਼ਿਲ੍ਹੇ ਦਾ ਲਾਅ ਐਂਡ ਆਰਡਰ ਨੂੰ ਮੇਨਟੇਨ ਕੀਤਾ ਜਾਵੇ, ਨਾਲ ਹੀ ਲੋਕਾਂ ਦੇ ਵਿੱਚ ਇੱਕ ਸੈਂਸ ਆਫ ਸਿਕਿਉਰਿਟੀ ਪੈਦਾ ਕਰਨਾ ਅਤੇ ਜਿਹੜੇ ਵੀ ਆਪਣੇ ਸ਼ਰਾਰਤੀ ਅਨਸਰ ਨੇ ਜਾਂ ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇ ਉਹਨਾਂ ਨੂੰ ਵੀ ਇੱਕ ਵਾਰਨਿੰਗ ਦੇ ਤਹਿਤ ਵਧੂ ਇੱਥੇ ਜਿਹੜੀ ਫਲੈਗ ਮਾਰਚ ਕੀਤੀ ਜਾ ਰਹੀ ਹੈ। ਸਰ, ਘਟਨਾਵਾਂ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ, ਸਰ ਉਹਦੇ ਲਈ ਪੁਲਿਸ ਵੱਲੋਂ ਕੀ ਅਪੀਲ ਲੋਕਾਂ ਨੂੰ ਕੀਤੀ ਜਾਵੇਗੀ ਸਰ ਫਲੈਗ ਮਾਰਚ ਰਾਹੀਂ? ਅਸੀਂ ਲੋਕਾਂ ਨੂੰ ਆਸ਼ਵਾਸਨ ਦਵਾਉਂਦੇ ਹਾਂ ਕਿ ਜੀ ਮੋਗਾ ਪੁਲਿਸ ਹਰ ਤਰ੍ਹਾਂ ਦੇ ਐਫਰਟਸ ਕਰ ਰਹੀ ਹੈ, ਇਹਦੇ ਵਿੱਚ ਪ੍ਰੀਵੈਂਸ਼ਨ ਅਤੇ ਡਿਟੈਕਟਿਵ ਦੋਨੋਂ ਹੀ ਇਹਦੇ ਵਿੱਚ ਅਸੀਂ ਐਫਰਟ ਕਰ ਰਹੇ ਹਾਂ। ਨਾਲ ਹੀ ਲੋਕਾਂ ਨੂੰ ਇਹ ਅਪੀਲ ਹੈ ਕਿ ਪੁਲਿਸ ਦਾ ਸਾਥ ਦਿਓ, ਅਗਰ ਤੁਹਾਨੂੰ ਕੋਈ ਸ਼ੱਕੀ ਵਸਤੂ ਜਾਂ ਸ਼ੱਕੀ ਆਦਮੀ ਬਾਰੇ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਉਸੇ ਟਾਈਮ ਤੇ ਡਾਇਲ ਕਰਕੇ ਪੁਲਿਸ ਨੂੰ ਇਨਫੋਰਮ ਕਰਨ ਤਾਂ ਜੋ ਜਲਦੀ ਤੋਂ ਜਲਦੀ ਅਸੀਂ ਐਕਸ਼ਨ ਲੈ ਸਕੀਏ। ਕੋਈ ਹੈਲਪਲਾਈਨ ਨੰਬਰ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਹੈ? ਸਾਡਾ ਹੈਲਪਲਾਈਨ ਨੰਬਰ ਚੱਲ ਰਿਹਾ ਜੀ 112 'ਤੇ, ਜਦ ਮਰਜ਼ੀ ਜੋ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਸਾਨੂੰ ਉਸੇ ਟਾਈਮ ਸਾਨੂੰ ਪ੍ਰੋਵਾਈਡ ਕੀਤੀ ਜਾਵੇ ਤਾਂ ਜੋ ਅਸੀਂ ਨੈਸੈਸਰੀ ਐਕਸ਼ਨ ਆ ਉਹ ਵਿਦ ਇਨ ਟਾਈਮ ਲੈ ਕੇ ਅਸੀਂ ਜਿਹੜਾ ਕੋਈ ਕ੍ਰਾਈਮ ਨੂੰ ਪ੍ਰੀਵੈਂਟ ਕਰ ਸਕੀਏ। ਸਰ, ਘਟਨਾਵਾਂ ਦਿਨ ਬਾ ਦਿਨ ਵੱਧਦੀਆਂ ਜਾ ਰਹੀਆਂ, ਸਰ ਉਹਦੇ ਲਈ ਪੁਲਿਸ ਵੱਲੋਂ ਕੀ ਅਪੀਲ ਲੋਕਾਂ ਨੂੰ ਕੀਤੀ ਜਾਵੇਗੀ ਸਰ ਫਲੈਗ ਮਾਰਚ ਰਾਹੀਂ? ਅਸੀਂ ਲੋਕਾਂ ਨੂੰ ਆਸ਼ਵਾਸਨ ਦਵਾਉਂਦੇ ਹਾਂ ਕਿ ਜੀ ਮੋਗਾ ਪੁਲਿਸ ਹਰ ਤਰ੍ਹਾਂ ਦੇ ਐਫਰਟਸ ਕਰ ਰਹੀ ਹੈ, ਇਹਦੇ ਵਿੱਚ ਪ੍ਰੀਵੈਂਸ਼ਨ ਅਤੇ ਡਿਟੈਕਟਿਵ ਦੋਨੋਂ ਹੀ ਇਹਦੇ ਵਿੱਚ ਅਸੀਂ ਐਫਰਟ ਕਰ ਰਹੇ ਹਾਂ। ਨਾਲ ਹੀ ਲੋਕਾਂ ਨੂੰ ਇਹ ਅਪੀਲ ਹੈ ਕਿ ਪੁਲਿਸ ਦਾ ਸਾਥ ਦਿਓ, ਅਗਰ ਤੁਹਾਨੂੰ ਕੋਈ ਸ਼ੱਕੀ ਵਸਤੂ ਜਾਂ ਸ਼ੱਕੀ ਆਦਮੀ ਬਾਰੇ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਉਸੇ ਟਾਈਮ 112 'ਤੇ ਡਾਇਲ ਕਰਕੇ ਪੁਲਿਸ ਨੂੰ ਇਨਫੋਰਮ ਕਰਨ ਤਾਂ ਜੋ ਜਲਦੀ ਤੋਂ ਜਲਦੀ ਅਸੀਂ ਐਕਸ਼ਨ ਲੈ ਸਕੀਏ। ਕੋਈ ਹੈਲਪਲਾਈਨ ਨੰਬਰ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਹੈ? ਸਾਡਾ ਹੈਲਪਲਾਈਨ ਨੰਬਰ ਚੱਲ ਰਿਹਾ ਜੀ 112 'ਤੇ, ਜਦ ਮਰਜ਼ੀ ਜੋ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਸਾਨੂੰ ਉਸੇ ਟਾਈਮ ਸਾਨੂੰ ਪ੍ਰੋਵਾਈਡ ਕੀਤੀ ਜਾਵੇ ਤਾਂ ਜੋ ਅਸੀਂ ਨੈਸੈਸਰੀ ਐਕਸ਼ਨ ਆ ਉਹ ਵਿਦ ਇਨ ਟਾਈਮ ਲੈ ਕੇ ਅਸੀਂ ਜਿਹੜਾ ਕੋਈ ਕ੍ਰਾਈਮ ਨੂੰ ਪ੍ਰੀਵੈਂਟ ਕਰ ਸਕੀਏ। ਸਰ, ਘਟਨਾਵਾਂ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ, ਸਰ ਉਹਦੇ ਲਈ ਪੁਲਿਸ ਵੱਲੋਂ ਕੀ ਅਪੀਲ ਲੋਕਾਂ ਨੂੰ ਕੀਤੀ ਜਾਵੇਗੀ ਸਰ ਫਲੈਗ ਮਾਰਚ ਰਾਹੀਂ? ਅਸੀਂ ਲੋਕਾਂ ਨੂੰ ਆਸ਼ਵਾਸਨ ਦਵਾਉਂਦੇ ਹਾਂ ਕਿ ਜੀ ਮੋਗਾ ਪੁਲਿਸ ਹਰ ਤਰ੍ਹਾਂ ਦੇ ਐਫਰਟਸ ਕਰ ਰਹੀ ਹੈ, ਇਹਦੇ ਵਿੱਚ ਪ੍ਰੀਵੈਂਸ਼ਨ ਅਤੇ ਡਿਟੈਕਟਿਵ ਦੋਨੋਂ ਹੀ ਇਹਦੇ ਵਿੱਚ ਅਸੀਂ ਐਫਰਟ ਕਰ ਰਹੇ ਹਾਂ। ਨਾਲ ਹੀ ਲੋਕਾਂ ਨੂੰ ਇਹ ਅਪੀਲ ਹੈ ਕਿ ਪੁਲਿਸ ਦਾ ਸਾਥ ਦਿਓ, ਅਗਰ ਤੁਹਾਨੂੰ ਕੋਈ ਸ਼ੱਕੀ ਵਸਤੂ ਜਾਂ ਸ਼ੱਕੀ ਆਦਮੀ ਬਾਰੇ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਉਸੇ ਟਾਈਮ 112 'ਤੇ ਡਾਇਲ ਕਰਕੇ ਪੁਲਿਸ ਨੂੰ ਇਨਫੋਰਮ ਕਰਨ ਤਾਂ ਜੋ ਜਲਦੀ ਤੋਂ ਜਲਦੀ ਅਸੀਂ ਐਕਸ਼ਨ ਲੈ ਸਕੀਏ। ਕੋਈ ਹੈਲਪਲਾਈਨ ਨੰਬਰ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਹੈ? ਸਾਡਾ ਹੈਲਪਲਾਈਨ ਨੰਬਰ ਚੱਲ ਰਿਹਾ ਜੀ 112 'ਤੇ, ਜਦ ਮਰਜ਼ੀ ਜੋ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਸਾਨੂੰ ਉਸੇ ਟਾਈਮ ਸਾਨੂੰ ਪ੍ਰੋਵਾਈਡ ਕੀਤੀ ਜਾਵੇ ਤਾਂ ਜੋ ਅਸੀਂ ਨੈਸੈਸਰੀ ਐਕਸ਼ਨ ਆ ਉਹ ਵਿਦ ਇਨ ਟਾਈਮ ਲੈ ਕੇ ਅਸੀਂ ਜਿਹੜਾ ਕੋਈ ਕ੍ਰਾਈਮ ਨੂੰ ਪ੍ਰੀਵੈਂਟ